ਆਇਆ ਜਦੋਂ ਅੱਲਾਹ ਨੇ ਆਮ ਜਰਨਲ ਇਬਾਦਤ ਦਾ ਹੁਕਮ ਫਰਮਾਇਆ ਹੈ ਮੁਸਲਮਾਨੋ ਜਦੋਂ ਬੜੀਆਂ ਬੜੀਆਂ ਇਬਾਦਤਾਂ ਬੜੇ ਬੜੇ ਆਕਾਮ ਆਏ ਉਦੋਂ ਅੱਲਾਹ ਪਾਕ ਨੇ ਯਾ ਅਯੂਹਲ ਲਜ਼ੀਨਾ ਆਮਨੂ ਫਰਮਾਇਆ ਹੈ ਹੁਣ ਜ਼ਰਾ ਗੌਰ ਕਰਨਾ ਮੈਂ ਕੁਰਾਨ ਸੁਣਾਵਾਂ ਮਾਲਕ ਦਾ ਫਰਮਾਨ ਸੁਣਾਵਾਂ ਅੱਲਾਹ ਪਾਕ ਦਾ ਕੁਰਾਨ ਸੁਣ ਕੇ ਈਮਾਨ ਤਾਜ਼ਾ ਕਰ ਲਓ ਅੱਲਾਹ 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 ਮਾਲਕੇ ਕਾਇਨਾਤ ਨੇ ਜੁਮੇ ਦਾ ਹੁਕਮ ਨਾਜ਼ਲ ਫਰਮਾਇਆ ਹੈ ਅੱਲਾਹ ਪਾਕ ਨੂੰ ਪਤਾ ਸੀ ਨਾ ਦੁਕਾਨਾਂ ਬੰਦ ਕਰਨੀਆਂ ਨੇ ਤੇ ਮੋਮਨਾ ਕਰਨੀਆਂ ਮੈਂ ਕਾਰੋਬਾਰ ਮੇਰੀ ਬੰਦਗੀ ਵਾਸਤੇ ਛੋੜ ਕੇ ਆਏਗਾ ਤੇ ਮੋਮਿਨ ਆਏਗਾ ਇਸ ਵਾਸਤੇ ਅੱਲਾਹ ਪਾਕ ਨੇ ਫਰਮਾਇਆ ਅਯੂਹਲ ਲਜ਼ੀਨਾ ਆਮਨੂ ਇਜ਼ਾ ਨੂਦੀਆ ਲਿਸਸਲਾਤਿ ਮਿਨ ਯੌਮਿਲ ਜੁਮਅਤਿ ਫਸਉ ਇਲਾ ਜ਼ਿਕਰਿਲਲਾਹ ਵਜ਼ਰੁਲ ਬਈ ਮਾਲਕੀ ਕਾਇਨਾਤ ਨੇ ਫਰਮਾਇਆ ਮੋਮਿਨੋ ਜਦੋਂ ਜੁਮੇ ਦੀ ਅਜ਼ਾਨ ਹੋ ਜਾਏ ਜੁਮੇ ਦੀ ਅਜ਼ਾਨ ਹੋ ਜਾਏ ਜੁਮੇ ਦੇ ਵਾਸਤੇ ਬੁਲਾਵਾ ਆ ਜਾਏ ਕਾਰੋਬਾਰ ਛੱਡ ਦਿਆ ਕਰੋ ਤਿਜਾਰਤਾਂ ਛੱਡ ਦਿਆ ਕਰੋ ਖਰੀਦੋ ਫਰੋਖ ਛੱਡ ਦਿਆ ਕਰੋ ਚਲੇ ਆਓ ਅੱਲਾਹ ਦੇ ਜ਼ਿਕਰ ਵਾਲੇ ਤੁਹਾਡੇ ਵਾਸਤੇ ਬਿਹਤਰ ਅੱਲਾਹ 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 ਰੁਪਈਏ ਕਮਾਉਣ ਨਾਲੋਂ ਬਿਹਤਰ ਜੁਮਾ ਰਿਆਲ ਕਮਾਉਣ ਨਾਲੋਂ ਬਿਹਤਰ ਜੁਮਾ ਡਾਲਰਾਂ ਦੇ ਨਾਲੋਂ ਬਿਹਤਰ ਜੁਮਾ ਯੂਰੋ ਤੇ ਪੌਂਡਾਂ ਦੇ ਨਾਲੋਂ ਬਿਹਤਰ ਜੁਮਾ ਸੋਨਾ ਤੇ ਚਾਂਦੀ ਨਾਲੋਂ ਬਿਹਤਰ ਜੁਮਾ ਹੈ ਦੁਨੀਆ ਦੇ ਮਾਲੋ ਮਨਾਲ ਨਾਲੋਂ ਬਿਹਤਰ ਜੁਮਾ ਹੈ ਸਾਲਿਕੁਮ ਖੈਰੁਲ ਲਕੁਮ ਅੱਲਾਹ ਕਹਿੰਦੇ ਇਹ ਤੁਹਾਡੇ ਵਾਸਤੇ ਬਿਹਤਰ ਜੇ ذالکم یہ تمہارے لیے بہتر ہے کیا بہتر ہے جمعہ پڑھنا بہتر ہے اس گھنٹے سوا گھنٹے دو گھنٹے میں اگر تم 20,000 کما لو ایک لاکھ کی کاپی کما لو میرا رب کہتا ہے کہ وہ لاکھ تمہارے لیے فائدے میں نہیں ہے جمعہ فائدے میں ذالکم خیر لکم ان کم تم تعلمون اللہ پاک نے فرمایا اے تواڈے واسطے بہتر اگر تانو پتہ چل جائے اگر تانو جمعے دی قدر دا پتہ چل جائے اللہ اللہ مالک کائنات نے جمعے واسطے بلائے تے مومناں نو بلایا اگے سنو اللہ دا قرآن جہاد دیواری آئی مالک نے فرمایا یا ایھا الذین آمنوا هل ادلکم علی تجارت تنجیکم من عذاب علیم تؤمنون باللہ ورسوله وتجاہدون فی سبیل اللہ جہاد دا مسئلہ آیا تے اللہ نے گل کیتی مومناں نال کیوں اللہ نو پتہ سی جوانی لٹائے گا مومن خون قربان کرے گا مومن مال قربان کرے گا مومن میرے واسطے وقت دی قربانی